ਸਵੇਬਰੀਡ ਰਿਲੇਟਡ ਹੈ ਵਨ ਐਂਡ ਓਨਲੀ ਡਾਕਟਰ ਸਤਿੰਦਰ ਸਰਤਾਜ ਦੇ ਨਾਲ, ਜਿਨ੍ਹਾਂ ਨੂੰ ਉਹਨਾਂ ਦੀ ਲਿਖਤ ਤੇ ਸੂਫੀ ਗਾਇਕੀ ਵਾਸਤੇ ਜਾਣਿਆ ਜਾਂਦਾ ਹੈ। ਸਤਿੰਦਰ ਸਰਤਾਜ ਨੇ ਆਪਣੇ ਕੈਰੀਅਰ ਦੇ ਵਿੱਚ ਕਈ ਸਾਰੇ ਸੁਪਰਹਿੱਟ ਗੀਤ ਦਿੱਤੇ ਨੇ, ਸੋ ਹਾਲ ਹੀ ਦੇ ਵਿੱਚ ਡਾਕਟਰ ਸਤਿੰਦਰ ਸਰਤਾਜ ਨੇ ਇੱਕ ਰਿਕਾਰਡ ਬਣਾਇਆ ਜੋ ਕਿ ਸਾਡੇ ਸਭ ਦੇ ਵਾਸਤੇ ਕਾਫੀ ਜ਼ਿਆਦਾ ਮਾਣ ਵਾਲੀ ਗੱਲ ਹੈ, ਸਾਡੇ ਪੰਜਾਬੀਆਂ ਲਈ ਕਾਫੀ ਮਾਣ ਵਾਲੀ ਗੱਲ ਹੈ। ਦਰਅਸਲ ਡਾਕਟਰ ਸਤਿੰਦਰ ਸਰਤਾਜ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚਿਆ, ਵੱਖ ਵੱਖ ਲਾਈਵ ਸ਼ੋਜ਼ ਕਰਕੇ, ਲਾਈਵ ਪਰਫਾਰਮੈਂਸਿਸ ਕਰਕੇ ਜਾਂ ਗੀਤਾਂ ਰਾਹੀਂ ਡਾਕਟਰ ਸਤਿੰਦਰ ਸਰਤਾਜ ਇਤਿਹਾਸ ਪੜ੍ਹਾਉਂਦੇ ਰਹਿੰਦੇ ਨੇ। ਲੇਕਿਨ ਹਾਲ ਹੀ ਦੇ ਵਿੱਚ ਇੱਕ ਉਹਨਾਂ ਨੇ ਹੋਰ ਅਚੀਵਮੈਂਟ ਹਾਸਿਲ ਕੀਤੀ ਹੈ ਜਿਸ ਨਾਲ ਉਹਨਾਂ ਨੇ ਇਤਿਹਾਸ ਰਚਿਆ, ਕਿਉਂਕਿ ਡਾਕਟਰ ਸਤਿੰਦਰ ਸਰਤਾਜ ਦਾ ਓਨਟਾਰੀਓ ਦੇ ਵਿੱਚ ਹਾਲ ਹੀ ਦੇ ਵਿੱਚ ਇੱਕ ਸ਼ੋਅ ਸੀ ਤੇ ਉਹ ਸ਼ੋਅ ਪੂਰਾ ਸੋਲਡ ਆਊਟ ਹੋ ਗਿਆ, ਜਿਸ ਕਾਰਨ ਡਾਕਟਰ ਸਤਿੰਦਰ ਸਰਤਾਜ ਨੇ ਇਹ ਇਤਿਹਾਸ ਰਚਿਆ। ਇਸ ਵਿੱਚ 13,000 ਤੋਂ ਪਲੱਸ ਸੀਟਾਂ ਸਨ ਤੇ ਡਾਕਟਰ ਸਤਿੰਦਰ ਸਰਤਾਜ ਦੇ ਸ਼ੋਅ ਦੀਆਂ ਸੀਟਾਂ ਸਾਰੀਆਂ ਹੀ ਸੋਲਡ ਆਊਟ ਹੋਈਆਂ, ਆਪਣੇ ਆਪ ਦੇ ਵਿੱਚ ਇੱਕ ਮਾਣ ਵਾਲੀ ਗੱਲ ਹੈ, ਕਿਉਂਕਿ ਓਨਟਾਰੀਓ ਦੇ ਇਸ ਹਾਲ ਦੇ ਵਿੱਚ ਕਈ ਸਿੰਗਰਸ ਨੂੰ ਹੀ ਪਰਫਾਰਮ ਕਰਨ ਦਾ ਮੌਕਾ ਮਿਲਦਾ ਹੈ, ਕਈ ਪਰਫਾਰਮੈਂਸ ਨੂੰ ਹੀ ਪਰਫਾਰਮ ਕਰਨ ਦਾ ਮੌਕਾ ਮਿਲਦਾ ਹੈ। ਡਾਕਟਰ ਸਤਿੰਦਰ ਸਰਤਾਜ ਉਹਨਾਂ ਵਿੱਚੋਂ ਇੱਕ ਨੇ। ਇਹ ਉਦੋਂ ਵੀ ਜ਼ਿਆਦਾ ਮਾਣ ਵਾਲੀ ਗੱਲ ਹੈ ਕਿ ਇਸ ਸ਼ੋਅ ਦੀਆਂ ਸੀਟਾਂ ਪੂਰੀਆਂ ਦੀਆਂ ਪੂਰੀਆਂ ਸੋਲਡ ਆਊਟ ਹੋ ਗਈਆਂ। ਸੋ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਕਿ ਤੁਹਾਨੂੰ ਇਹ ਸੁਣ ਕੇ ਕਿਹੋ ਜਿਹਾ ਲੱਗਿਆ। ਜੇਕਰ ਗੱਲ ਕੀਤੀ ਜਾਵੇ ਡਾਕਟਰ ਸਤਿੰਦਰ ਸਰਤਾਜ ਦੇ ਵਰਕ ਗ੍ਰਾਫ ਦੀ, ਸੋ ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਐਲਬਮ ਰਿਲੀਜ਼ ਕੀਤੀ ਸੀ ਜਿਸ ਵਿੱਚ ਸਾਨੂੰ ਉਰਦੂ ਪੋਇਟਰੀ ਸੁਣਨ ਨੂੰ ਮਿਲੀ, ਉਰਦੂ 'ਚ ਸਾਰੀਆਂ ਸ਼ਾਇਰੀਆਂ ਲਿਖੀਆਂ ਹੋਈਆਂ ਸਨ। ਸੋ ਇਸ ਐਲਬਮ ਦਾ ਨਾਮ ਸੀ ਸ਼ਾਇਰਾਨਾ ਸਰਤਾਜ ਪੈਰਾਡਿਮ ਆਫ ਪੋਇਟਰੀ। ਇਸ ਦੇ ਵਿੱਚ ਉਰਦੂ 'ਚ ਸਾਰੀ ਪੋਇਟਰੀਜ਼ ਲਿਖੀਆਂ ਗਈਆਂ ਸੀ। ਇਸ ਨੂੰ ਲਿਖਿਆ ਡਾਕਟਰ ਸਤਿੰਦਰ ਸਰਤਾਜ ਨੇ ਸੀ। ਇਸ ਦਾ ਗੀਤ ਰਹਿਨੁਮਾਈਆਂ ਵੀ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਸੀ, ਜਿਸ ਨੂੰ ਡਾਕਟਰ ਸਤਿੰਦਰ ਸਰਤਾਜ ਨੇ ਲਿਖਿਆ ਤੇ ਗਾਇਆ, ਮਿਊਜ਼ਿਕ ਬੀਟ ਮਿਨਿਸਟਰ ਨੇ ਦਿੱਤਾ ਤੇ ਵੀਡੀਓ ਸੰਦੀਪ ਸ਼ਰਮਾ ਨੇ ਕੀਤੀ ਸੀ। ਇਸ ਗੀਤ ਨੂੰ ਦਰਸ਼ਕਾਂ ਨੇ ਵਰਲਡ ਵਾਈਡ ਕਾਫੀ ਜ਼ਿਆਦਾ ਪਿਆਰ ਦਿੱਤਾ ਤੇ ਡਾਕਟਰ ਸਤਿੰਦਰ ਸਰਤਾਜ ਹੁਣ ਆਪਣੇ ਲਾਈਵ ਸ਼ੋਜ਼ ਕਰਨ ਦੇ ਵਿੱਚ ਵੀ ਬਿਜ਼ੀ ਨੇ, ਜਿਸ ਕਾਰਨ ਦਰਸ਼ਕ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਨੇ। ਹਾਲ ਹੀ ਦੇ ਵਿੱਚ ਡਾਕਟਰ ਸਤਿੰਦਰ ਸਰਤਾਜ ਨੇ ਟੋਰਾਂਟੋ ਦੀ ਵੀ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਨੂੰ ਸਾਂਝਾ ਕਰਦੇ ਹੋਏ ਨਾਲ ਲਿਖਿਆ, ਹਾਊ ਕੈਨ ਆਈ ਥੈਂਕ ਯੂ ਇਨਫ ਫੋਰ ਦਿਸ ਲਵ ਟੋਰਾਂਟੋ। ਇਸ ਸ਼ਹਿਰ ਤੋਂ ਸ਼ੋਹਰਤ ਵਾਲਾ ਸਫ਼ਰ ਸ਼ੁਰੂ ਸੀ ਹੋਇਆ, ਹੈ ਸਤਿਕਾਰ ਟੋਰਾਂਟੋ ਨੂੰ, ਕਲਾਕਾਰ ਦੀ ਕਲਾ ਪਰ ਰੱਖ ਕੇ ਫੈਸਲਿਆਂ ਦਾ ਪੂਰਾ ਹੈ ਅਧਿਕਾਰ ਟੋਰਾਂਟੋ ਨੂੰ। ਜੇ ਪਰਦੇਸਾਂ ਵਿੱਚ ਕਿਧਰੇ ਪੰਜਾਬ ਦੇਖਣਾ ਤਾਂ ਫਿਰ ਦੇਖੋ ਯਾਰ ਟੋਰਾਂਟੋ ਨੂੰ, ਫਿਰ ਦੁਬਾਰਾ ਹਾਜ਼ਰ ਹੈ ਸਰਤਾਜ ਤੇ ਸਜਦਾ ਕਰਦਾ ਇਹ ਫਨਕਾਰ ਟੋਰਾਂਟੋ ਨੂੰ। ਜਿਸ ਤੋਂ ਬਾਅਦ ਕਾਫੀ ਸਾਰੇ ਫੈਨਸ ਦੇ ਕਮੈਂਟ ਆਏ। ਇਸ ਤੋਂ ਇਲਾਵਾ ਜੇਕਰ ਫਿਲਮੋਗ੍ਰਾਫੀ ਦੀ ਗੱਲ ਕਰੀਏ ਤੇ ਹਾਲ ਹੀ ਦੇ ਵਿੱਚ ਡਾਕਟਰ ਸਤਿੰਦਰ ਸਰਤਾਜ ਨੇ ਇੱਕ ਬਲੌਕਬਸਟਰ ਹਿੱਟ ਫਿਲਮ ਕਲੀ ਜੋਟਾ ਦਿੱਤੀ ਹੈ, ਜਿਸ ਨੂੰ ਵਰਲਡ ਵਾਈਡ ਦਰਸ਼ਕਾਂ ਨੇ ਕਾਫੀ ਜ਼ਿਆਦਾ ਪਿਆਰ ਦਿੱਤਾ ਤੇ ਡਾਕਟਰ ਸਤਿੰਦਰ ਸਰਤਾਜ ਦੀ ਪਰਫਾਰਮੈਂਸ ਨੂੰ ਵੀ ਕਾਫੀ ਜ਼ਿਆਦਾ ਸਰਾਹਿਆ ਗਿਆ। ਡਾਕਟਰ ਸਤਿੰਦਰ ਸਰਤਾਜ ਦੀ ਇਸ ਫਿਲਮ ਦੇ ਵਿੱਚ ਜਿੱਥੇ ਉਹਨਾਂ ਦੀ ਐਕਟਿੰਗ ਨੂੰ ਲੋਕਾਂ ਨੇ ਪਸੰਦ ਕੀਤਾ, ਅਦਾਕਾਰੀ ਨੂੰ ਪਸੰਦ ਕੀਤਾ, ਉੱਥੇ ਹੀ ਡਾਕਟਰ ਸਰਤਾਜ ਦੇ ਲਿਖੇ ਹੋਏ ਗਾਣੇ ਤੇ ਗਾਏ ਹੋਏ ਗੀਤ ਦਰਸ਼ਕਾਂ ਨੇ ਬਹੁਤ ਹੀ ਜ਼ਿਆਦਾ ਪਸੰਦ ਕੀਤੇ। ਸਪੈਸ਼ਲੀ ਰੁਤਬਾ ਸੌਂਗ ਨੂੰ ਕਾਫੀ ਜ਼ਿਆਦਾ ਪਿਆਰ ਮਿਲਿਆ ਤੇ ਨਾਚ ਗਾਣਾ ਵੀ ਸਤਿੰਦਰ ਸਰਤਾਜ ਦਾ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਸੀ। ਸੋ ਰੂਹ ਨੂੰ ਸਕੂਨ ਦੇਣ ਵਾਲੇ ਗਾਣੇ ਡਾਕਟਰ ਸਰਤਾਜ ਨੇ ਲਿਖੇ ਹੁੰਦੇ ਨੇ, ਤੁਹਾਨੂੰ ਕਿਹੋ ਜਿਹਾ ਲੱਗਦਾ ਹੈ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸੋ। ਸੋ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ 'ਚ ਬਸ ਇੰਨਾ ਹੀ ਤੇ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।